ਜਿਹੜੇ ਸਾਡੇ ਕਾਮਰੇਡ ਸੀ, ਮਤਲਬ ਮੰਨ ਲਓ ਸਾਡਾ ਸੀਪੀਐਮ ਦਾ ਜਿਹੜਾ ਜ਼ਿਲ੍ਹਾ ਸਕੱਤਰ ਸੀ, ਉਹ ਮੇਰੇ ਜੇ ਹੱਥ ਚ ਦੇਖ ਕੇ ਆਹ ਕਿਹੜੀ ਕਿਤਾਬ ਆ, ਕਹਿੰਦਾ ਮੇਰੇ ਹੱਥ ਚ ਪਾਸ਼ ਦੀ ਕਿਤਾਬ ਸੀ। ਤੁਹਾਨੂੰ ਹਾਸੇ ਵਾਲੀ ਗੱਲ ਦੱਸ, ਪਾਸ਼ ਕਿਉਂ ਪੜ੍ਹਦੇ ਹੋ ਕਹਿੰਦਾ। ਹੁਣ ਤੁਸੀਂ ਦੇਖੋ ਬੱਲੇ ਬੱਲੇ ਬਾਈ, ਉਹ ਕਾਮਰੇਡ ਆ ਤੇ ਸਾਡੇ ਆਮ ਲੋਕਾਂ ਦੀ ਨਜ਼ਰ ਚ ਪਾਸ਼ ਵੀ ਕਾਮਰੇਡ ਆ, ਪਰ ਉਹਨਾਂ ਕਾਮਰੇਡਾਂ ਦੀ ਨਜ਼ਰ ਚ ਪਾਸ਼ ਕਾਮਰੇਡ ਨਹੀਂ ਆ। ਕਿਉਂ? ਕਿਉਂਕਿ ਪਾਸ਼ ਨਕਸਲਾਈਟ ਸੀ। ਬਿਲਕੁਲ ਬਿਲਕੁਲ, ਉਹ ਕਮਿਊਨਿਸਟ ਨੇ, ਸੀਪੀਐਮ ਵਾਲੇ ਨੇ। ਮੈਂ ਕਿਹਾ ਵੀ ਹੋਰ ਕਿਹਨੂੰ ਪੜ੍ਹਿਆ ਕਰੀਏ। ਉਹਨਾਂ ਦਾ ਇੱਕ ਕਵੀ ਹੁੰਦਾ ਸੀ, ਉਹਨਾਂ ਦਾ ਅਖਬਾਰ ਸੀ ਸੀਪੀਐਮ ਦਾ, ਲੋਕ ਲਹਿਰ ਜੀ, ਉਹਦੇ ਵਿੱਚ ਇੱਕ ਕਵੀ ਛਪਦਾ ਹੁੰਦਾ ਸੀ ਜਿਹੜਾ ਮੈਂ ਹੋਰ ਕਿਤੇ ਨਹੀਂ ਦੇਖਿਆ, ਨਾ ਉਹਦੀ ਕਦੇ ਕਿਤਾਬ ਦੇਖੀ। ਉਹਦਾ ਨਾਂ ਸੀ ਦਰਸ਼ਨ ਸਿੰਘ ਮਾਸਟਰ ਜੀ, ਤੇ ਨਾ ਹੀ ਉਹਦੀ ਮੈਨੂੰ ਕੋਈ ਕਵਿਤਾ ਕਦੇ ਪਸੰਦ ਆਈ। ਉਹ ਮੈਨੂੰ ਕਹਿੰਦਾ ਦਰਸ਼ਨ ਸਿੰਘ ਮਾਸਟਰ ਪੜ੍ਹਿਆ ਕਰੋ। ਪਾਸ਼ ਛੱਡ ਕੇ, ਪਾਸ਼ ਨੀ ਪੜ੍ਹਨਾ, ਸੰਤਰਾਂ ਉਦਾਸੀ ਨੀ ਪੜ੍ਹਨਾ। ਉਹ ਬੱਲੇ ਬਈ ਬੱਲੇ, ਕਿਆ ਬਾਤ। ਬਾਕੀ ਡਾਕਟਰ ਜਗਤਾਰ, ਸੰਗੀਤ ਪਾਤਰ, ਇਹਦਾ ਗੱਲ ਹੀ ਛੱਡ ਦਿਓ। ਹੁਣ ਆਹ ਉਹਨਾਂ ਦੀ ਵਿਗਿਆਨਕ ਸੋਚ ਸੀ। ਜੇ ਤੁਸੀਂ ਕੋਈ ਫਿਲਮ ਬਾਰੇ ਗੱਲ ਕਰਤੀ ਜਾਂ ਕੋਈ ਹੋਰ ਗੱਲ ਕਰਤੀ, ਫੇਰ ਤਾਂ ਮਤਲਬ ਉਹ ਵੱਢਣ ਤਾਂ ਹੀ ਜਾਂਦੇ ਸੀ ਉਹਨੂੰ। ਜਦੋਂ ਕਿ ਮੈਂ ਉਹਨਾਂ ਨੂੰ ਇਹ ਗੱਲ 20 ਵਾਰੀ ਸਮਝਾਈ ਸੀ ਕਿ ਭਾਈ ਸਾਹਿਬ, ਬੰਗਾਲ ਦੇ ਵਿੱਚ ਸੀਪੀਐਮ ਦੀ ਸਰਕਾਰ ਸੀ ਉਸ ਟਾਈਮ, ਬੰਗਾਲ ਦੇ ਵਿੱਚ ਹੀ ਇੰਡੀਆ ਦਾ ਸਭ ਤੋਂ ਵੱਡਾ ਫਿਲਮ ਮੇਕਰ ਬੈਠਾ ਸੱਤਿਆਜੀਤ ਰੇ, ਔਰ ਸੱਤਿਆਜੀਤ ਰੇ ਵੀ ਸੀਪੀਐਮ ਦੇ ਨਾਲ ਜੁੜਿਆ ਹੋਇਆ। ਉਤਪਲ ਦੱਤ ਬਹੁਤ ਵੱਡੇ ਕਲਾਕਾਰ ਹੋਏ ਨੇ, ਉਹ ਵੀ ਸੀਪੀਐਮ ਦੇ ਨਾਲ ਜੁੜੇ ਹੋਏ ਸੀ। ਤੁਸੀਂ ਐਂ ਕਿਉਂ ਸਮਝਦੇ ਹੋ ਕਿ ਕਾਮਰੇਡ ਹੁਣ ਜੇ ਤਾਂ ਇਹਦੇ 'ਚ ਤੁਸੀਂ ਨਾ ਫਿਲਮ ਦੀ ਗੱਲ ਕਰ ਸਕਦੇ ਹੋ, ਨਾ ਸੰਗੀਤ ਦੀ ਗੱਲ ਕਰ ਸਕਦੇ ਹੋ, ਨਾ ਸਾਹਿਤ ਦੀ ਗੱਲ ਕਰ ਸਕਦੇ ਹੋ, ਪਰ ਉਹਨਾਂ ਦੀ ਸੋਚ ਇਹ ਸੀ। ਇਸੇ ਕਰਕੇ ਆਪ ਉਹਨਾਂ ਨੇ ਕੀ ਕੀਤਾ, ਆਪ ਉਹਨਾਂ ਨੇ ਆਪਦੇ ਮੁੰਡੇ ਸੀ ਜਿਹੜੇ ਉਹ ਬਾਹਰ ਵਿਆਹੇ, ਬਿਲਕੁਲ ਕੁੜੀਆਂ ਬਾਹਰ ਵਿਆਹੀਆਂ, ਕਿਉਂਕਿ ਪਾਰਟੀ ਦੇ ਵਿੱਚ ਉਹਨਾਂ ਦੇ ਦੁਆਬੇ 'ਚ ਬੈਠੇ ਕਾਮਰੇਡਾਂ ਨਾਲ ਵੀ ਰਿਸ਼ਤੇ ਸੀ। ਉਹਨੂੰ ਦੁਆਬੇ ਵਾਲੇ ਤੁਹਾਨੂੰ ਪਤਾ ਜ਼ਿਆਦਾਤਰ ਬਾਹਰ ਨੇ, ਬਾਹਰ ਨੇ, ਉਹ ਵਧੀਆ ਸੈੱਟ ਹੋ ਗਏ, ਕਾਮਰੇਡ ਸੈੱਟ ਹੋ ਗਏ। ਤੇ ਮੇਰੇ ਬਾਪੂ ਵਰਗੇ ਵਿਚਾਰੇ, ਮੇਰੇ ਬਾਪੂ ਹੋਰੀ, ਮੇਰੇ ਬਾਪੂ ਦੀ ਜਦੋਂ ਗਏ ਆ ਇਸ ਧਰਤੀ ਤੋਂ, ਉਹਨਾਂ ਦੀ ਉਮਰ 83 ਸਾਲ ਸੀ ਜੀ, ਤੇ ਮੇਰੇ ਬਾਪੂ ਕੋਲੇ ਕੋਈ ਪਾਸਪੋਰਟ ਨਹੀਂ ਸੀ, ਨਾ ਮੇਰੇ ਬਾਪੂ ਕੋਲੇ ਪਾਸਪੋਰਟ ਸੀ, ਨਾ ਮੇਰੇ ਬਾਪੂ ਨੂੰ ਸਾਈਕਲ ਤੋਂ ਬਿਨਾਂ ਕੋਈ ਵਹੀਕਲ ਚਲਾਉਣਾ ਆਉਂਦਾ ਸੀ। ਤੇ ਦੂਜੀ ਜਿਹੜੀ ਪਾਰਟੀ ਸੀ ਸੀਪੀਆਈ, ਉਹ ਕਾਮਰੇਡਾਂ ਦੇ ਜਿਹੜੇ ਜਵਾਕ ਸੀ ਉਹ ਪਤਾ ਕਿੱਥੇ ਜਾਂਦੇ ਸੀ ਪੜ੍ਹਨ? ਰਸ਼ੀਆ, ਰਸ਼ੀਆ MBBS ਕਰਨ। ਔਰ ਇੱਕ ਹੋਰ ਤੁਹਾਨੂੰ ਦੱਸ ਦਿੰਦਾ, ਉਹਨਾਂ ਚੋਂ ਕੋਈ ਵੀ ਮੁੜ ਕੇ ਆ ਕੇ ਕਾਮਰੇਡ ਨਹੀਂ ਰਿਹਾ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਉਹ ਕਾਮਰੇਡ ਦੇ ਮੁੰਡੇ ਹੋਣ ਕਰਕੇ ਜਾਂ ਕੁੜੀ ਹੋਣ ਕਰਕੇ ਰਸ਼ੀਆ ਪੜ੍ਹਨ ਚਲੇ ਗਏ, ਪਰ ਵਾਪਸ ਆ ਕੇ ਉਹਨਾਂ ਨੇ ਪਾਰਟੀ ਦਾ ਕੰਮ ਨਹੀਂ ਕੀਤਾ, ਉਹ ਕਾਮਰੇਡ ਰਹੇ ਹੀ ਨਹੀਂ। ਬਾਈ ਇਹ ਤਾਂ ਫਿਰ ਉਹ ਗੱਲ ਹੋਈ ਨਾ ਵੀ ਸੌਣ ਲੱਗੇ ਮੈਂ ਨਾਸਤਿਕ ਹਾਂ। ਹਾਂ ਦੱਸੋ, ਬਿਲਕੁਲ ਸਹੀ ਗੱਲ, ਸੌਂ ਵੀ ਪਾਉਣੀ ਤੇ ਨਾਸਤਿਕ ਵੀ ਕਹਿਣਾ, ਸੌਣ ਲੱਗੇ ਮੈਂ ਨਾਸਤਿਕ ਹਾਂ। ਬਾਈ ਤੁਹਾਡੇ ਬਾਰੇ ਨਾ ਇੱਕ ਵਿਚਾਰ ਆ ਲੋਕਾਂ ਦੇ ਮਨਾਂ ਚਾ ਜਾਂ ਕੱਢਣਾ ਆਪਾਂ, ਵੈਸੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਮੈਨੂੰ, ਤੁਸੀਂ ਹੱਸਦੇ ਬੜੇ ਸੋਹਣੇ ਲੱਗਦੇ ਹੋ। ਲੋਕ ਕਹਿੰਦੇ ਕਿ ਬੜੇ ਗੰਭੀਰ ਜੇ ਬੰਦੇ ਨੇ, ਖੁਸ਼ ਬਹੁਤ ਘੱਟ ਹੁੰਦੇ ਨੇ, ਹਾਸਾ ਠੱਠਾ ਅਮਰਦੀਪ ਗਿੱਲ ਬਹੁਤ ਘੱਟ ਕਰਦੇ ਨੇ ਜਾਂ ਨਾ ਮਾਤਰ ਕਰਦੇ ਨੇ। ਵੈਸੇ ਤੁਹਾਨੂੰ ਸਕੂਨ ਕਿਹੜੀ ਗੱਲ 'ਚ ਆਉਂਦਾ? ਲੇਖਕ ਮਤਲਬ ਕਿਤਾਬ ਲਿਖਣਾ, ਕਵਿਤਾ ਲਿਖਣਾ, ਗੀਤਕਾਰੀ ਕਰਨਾ, ਫਿਲਮ ਡਾਇਰੈਕਟ ਕਰਨਾ,
ਜਿੱਥੇ ਤੁਹਾਨੂੰ ਸਕੂਨ ਮਿਲਦਾ, ਜਿੱਥੇ ਤੁਸੀਂ ਖੁੱਲ ਕੇ। ਮੈਨੂੰ ਫਿਲਮ ਮੇਕਿੰਗ ਸਭ ਤੋਂ ਵੱਧ ਪਸੰਦ। ਮੈਨੂੰ, ਮੈਂ ਜਦੋਂ ਇਸ ਦੁਨੀਆ ਤੋਂ ਜਾਊਂਗਾ ਤਾਂ ਮੈਂ ਇਹ ਚਾਹੁੰਦਾ ਕਿ ਫਿਲਮ ਮੇਕਰ ਅਮਰਦੀਪ ਸਿੰਘ ਗਿੱਲ ਦੇ ਤੌਰ 'ਤੇ ਮੈਨੂੰ ਯਾਦ ਰੱਖਿਆ ਜਾਵੇ ਕਿ ਫਿਲਮ ਮੇਕਰ ਆ, ਫਿਲਮ ਮੇਕਰ ਸੀ। ਫਿਲਮ ਮੇਕਿੰਗ ਦੇ ਵਿੱਚ ਹੀ ਸ਼ਾਇਰੀ ਆ, ਫਿਲਮ ਮੇਕਿੰਗ 'ਚ ਹੀ ਸੰਗੀਤ ਆ, ਫਿਲਮ ਮੇਕਿੰਗ 'ਚ ਹੀ ਫਿਲੋਸਫੀ ਆ, ਫਿਲਮ ਮੇਕਿੰਗ 'ਚ ਹੀ ਹਰ ਤਰ੍ਹਾਂ ਦੀ ਕਲਾ। ਇਸ ਕਰਕੇ ਅਸੀਂ ਕਹਿੰਦੇ ਹੁੰਦੇ ਹਾਂ ਕਿ ਫਿਲਮ ਮੇਕਿੰਗ ਆ ਨਾ ਜਿਹੜੀ, ਉਹ ਤਾਂ ਮਤਲਬ ਰੱਬ ਦੇ ਬਰਾਬਰ ਦੀ ਕਲਾਕਾਰੀ ਆ। ਹਾਂ,